ਲਾਕਡਾਊਨ ਹੋਣ ਦੇ ਬਾਵਜੂਦ ਖੁੱਲ੍ਹੇ ਬਾਜ਼ਾਰ ਦੀਆਂ ਇਹ ਤਸਵੀਰਾਂ ਲੁਧਿਆਣਾ ਦੇ ਘੰਟਾਘਰ ਬਾਜ਼ਾਰ ਦੇ ਮਾਤਾ ਰਾਣੀ ਚੌਂਕ ਦੀਆਂ ਨੇ। ਤਸਵੀਰਾਂ 'ਚ ਤੁਸੀਂ ਬਾਜ਼ਾਰ 'ਚ ਆਮ ਵਾਂਗ ਘੁੰਮ ਰਹੇ ਲੋਕ ਵੀ ਸਾਫ਼ ਦੇਖ ਸਕਦੇ ਹੋ, ਜਿਨ੍ਹਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਇਹਨਾਂ ਨੂੰ ਦੁਨੀਆ ਅਤੇ ਦੇਸ਼ ਅੰਦਰ ਵੱਧ ਰਹੇ ਕੋਰੋਨਾ ਦਾ ਕੋਈ ਡਰ ਨਹੀਂ। ਦੱਸ ਦਈਏ ਕਿ ਬੀਤੇ ਦਿਨ ਪੰਜਾਬ ਸਰਕਾਰ ਵੱਲੋਂ ਪੂਰੇ ਸੂਬੇ 'ਚ ਜ਼ਰੂਰੀ ਸਮਾਨ ਦੀਆਂ ਵਸਤਾਂ ਨੂੰ ਛੱਡ ਕੇ ਬਾਕੀ ਸਭ ਦੁਕਾਨਾਂ ਖੋਲ੍ਹਣ 'ਤੇ ਪਾਬੰਦੀ ਲਗਾਈ ਸੀ, ਜਿਸ ਦੇ ਬਾਅਦ ਵੀ ਖੁੱਲ੍ਹੀਆਂ ਦੁਕਾਨਾਂ ਅਤੇ ਲੋਕਾਂ ਦੀ ਭੀੜ ਦੇਖ ਕੇ ਲੱਗਦਾ ਹੈ ਕਿ ਦੁਕਾਨਦਾਰ ਅਤੇ ਲੋਕਾਂ 'ਤੇ ਸਰਕਾਰ ਅਤੇ ਪ੍ਰਸ਼ਾਸਨ ਦੇ ਹੁਕਮਾਂ ਦਾ ਕੋਈ ਅਸਰ ਨਹੀਂ। ਹਾਲਾਂਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਾਰੀਆਂ ਦੁਕਾਨਾਂ ਜਬਰੀ ਬੰਦ ਕਰਵਾ ਦਿੱਤੀਆਂ ਅਤੇ ਕਈ ਲੋਕਾਂ ਨੂੰ ਪੁਲਿਸ ਮੁਲਾਜ਼ਮ ਆਪਣੀ ਗੱਡੀ 'ਚ ਬਿਠਾ ਕੇ ਲਿਜਾਂਦੇ ਵੀ ਦਿਖਾਈ ਦਿੱਤੇ, ਜਿਸ ਦੇ ਬਾਅਦ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਾਜ਼ਾਰ 'ਚ ਸਨਾਟਾ ਛਾ ਗਿਆ। ਹਾਂਜੀ ਸਰ, ਕੀ ਹਾਲ ਚਾਲ ਹੈ ਜੀ? ਸਰ, ਮੋਬਾਈਲ ਲੈਣਾ ਤਾ। ਪਰ ਗਾਈਡਲਾਈਨ ਮੇਂ ਤੋ ਆਇਆ ਕਿ ਮੋਬਾਈਲ ਰਿਪੇਅਰ ਕੀ ਸ਼ੋਪ ਓਪਨ ਕਰ ਸਕਤੇ ਹੋ। तो मोबाइल अभी ले नहीं सकते फिर? वेट करो, चलो ठीक है सर, थैंक यू। ब्यूरो रिपोर्ट, जनहितैषी न्यूज़।